ਬਹੁਤ ਜ਼ਿਆਦਾ ਰੌਲਾ ਜੀ, ਸਵੇਰ ਤਾਂ ਸਾਡੇ ਕੋਲ ਪਾਣੀ ਤੱਕ ਨਹੀਂ ਪੀਤਾ ਗਿਆ। ਬਹੁਤ ਜ਼ਿਆਦਾ ਲੋਕਾਂ ਨੇ ਬੋਤਲਾਂ ਭਰ ਲਓ, ਟੈਂਕੀਆਂ ਫੁੱਲ ਕਰ ਲਓ, ਜਿੰਨਾ ਕਦੀ 50 ਤੇਲ ਨਹੀਂ ਪਾਇਆ ਉਹ ਵੀ ਟੈਂਕੀ ਫੁੱਲ ਕਰਾ ਰਿਹਾ। ਬਹੁਤ ਜ਼ਿਆਦਾ ਹੋ ਸਕਦਾ ਸਾਡੇ ਸ਼ਾਮ ਤੱਕ ਪੈ ਵੀ ਘੱਟ ਜਾਣ। ਹਾਂਜੀ ਆਜੋ ਆਜੋ, ਮੇਰਾ ਨਾਮ ਕਿਸ਼ ਭੱਟੀ ਆ। ਅੱਜ ਜਿਹੜਾ ਕਾਨੂੰਨ ਜਿਹੜਾ ਪਾਸ ਕੀਤਾ ਸੀ ਭਾਰਤ ਸਰਕਾਰ ਨੇ, ਜਿਹੜੇ ਕਈ ਟਰੱਕ ਡਰਾਈਵਰ ਜਿਹੜੇ ਕਈ ਐਕਸੀਡੈਂਟ ਕਰਕੇ ਆਪਣੇ ਗੱਡੀਆਂ ਛੱਡ ਕੇ ਅਤੇ ਭੱਜ ਜਾਂਦੇ ਸੀ, ਉਹਨਾਂ ਵਾਸਤੇ ਇੱਕ ਕਾਨੂੰਨ ਕੀਤਾ ਵਾ ਵੀ ਜੇਕਰ ਉਹ ਕੋਈ ਵੀ ਐਕਸੀਡੈਂਟ ਕਰਦੇ ਆ, ਜਿਹੜਾ ਆਪਣੀ ਜਾਨ ਨਾਲ ਲੜਦਾ ਹੁੰਦਾ ਵਾ, ਐਕਸੀਡੈਂਟ ਜਿਹਦਾ ਹੋ ਜਾਂਦਾ ਵਾ, ਅਤੇ ਟਰੱਕ ਡਰਾਈਵਰ ਜਿਹੜੇ ਆ ਉਹ ਉਹਨੂੰ ਛੱਡ ਕੇ ਅਤੇ ਭੱਜ ਜਾਂਦੇ ਸੀ। ਉਹਦੇ ਉੱਤੇ ਉਹਨਾਂ ਨੇ ਕਾਨੂੰਨ ਜਿਹੜਾ ਵਾ ਕੋਈ ਬਣਾਇਆ ਵਾ, ਸਖਤ ਕਾਨੂੰਨ ਆ। ਜਿਹੜੀ ਵਿਰੋਧ ਤਾਂ ਕੀਤੀ ਆ ਜਿੰਨੇ ਵੀ ਓਪਰੇਟਰ ਆ, ਟਰੱਕ ਡਰਾਈਵਰ ਜਿੰਨੇ ਵੀ ਸੰਸਥਾਵਾਂ ਵਾ, ਉਹਦੇ ਕਰਕੇ ਜਿਹੜਾ ਵਾ ਪਿੱਛੋਂ ਤੇਲ ਨਹੀਂ ਆ ਰਿਹਾ, ਉਹਦੇ ਕਰਕੇ ਸਾਰਾ ਜਾਮ ਜੂਮ ਜਿਹੜਾ ਲੱਗਾ ਜੀ। ਹੜਤਾਲ ਆ ਜੀ ਇਸ ਕਰਕੇ। ਹਾਂਜੀ ਗਿਰੀਸ਼ ਕੁਮਾਰ ਜੀ, ਪੈਟਰੋਲ ਜੀ ਆ ਡੀਜ਼ਲ ਪਵਾਉਣ ਆਏ ਆ, ਪੈਟਰੋਲ ਲੈਣ ਆਏ ਆ, ਸਭ ਕੁਝ ਖਤਮ ਹੋ ਜਾਂਦਾ ਵਾ ਕਹਿੰਦੇ, ਟਰੱਕਾਂ ਦੀ ਹੜਤਾਲ ਹੋ ਗਈ ਆ, ਉਹਦੇ ਕਰਕੇ ਇਹ ਸਾਰੀ ਮੁਸੀਬਤ। ਹੜਤਾਲ ਖੁੱਲ੍ਹਣ ਤੋਂ ਪਹਿਲਾਂ ਸਭ ਕੁਝ ਬੰਦ ਆ, ਗੱਡੀਆਂ ਗੁੱਡੀਆਂ ਦੇ ਤਾਂ ਕਿਸੇ 'ਚ ਤੇਲ ਹੀ ਨਹੀਂ ਹੈਗਾ, ਤੇ ਤੇਲ ਹੋਏਗਾ ਤਾਂ ਕੋਈ ਗੱਡੀ ਚਲਾਏਗਾ ਜੀ। ਚੱਲ ਹਾਂਜੀ 200 ਦਾ ਜੀ ਬਸ ਹੜਤਾਲ ਕਰਕੇ ਉਹਨਾਂ ਨੇ ਕਿਹਾ ਜੀ ਅੱਜ ਹੜਤਾਲ ਆ ਤਾਂ ਕਰਕੇ। ਵੈਸੇ ਰੈਗੂਲਰ ਜ਼ਿਆਦਾ ਪੈਨਿਕ ਕ੍ਰੀਏਟ ਕਰਤਾ ਲੋਕਾਂ 'ਚ, ਅਤੇ ਇੱਦਾਂ ਜਿੱਦਾਂ ਤੇਲ ਹੀ ਮੁੱਕ ਗਿਆ ਪਿੱਛੇ। ਹਾਂਜੀ ਭਾਂਡੇ ਉਹ ਦੂਜੇ ਕੰਮਾਂ ਵਾਸਤੇ, ਉਹ ਤਾਂ ਕੈਨੀਆਂ 'ਚ ਜ਼ਰੂਰ ਪਰਵਾ ਰਹੇ ਨੇ ਲੋਕਾਂ 'ਚ, ਹੜਕਮ ਜਿਹਾ ਮੱਚ ਗਿਆ। ਹਾਂਜੀ ਹਾਂਜੀ ਹਾਂ ਹਾਂ ਅੱਧਾ ਘੰਟਾ ਹੋ ਗਿਆ, ਤੇਲ ਨਹੀਂ ਪਾਉਣ ਦੇ ਹੈਗੇ, ਭੀੜ ਬੜੀ ਆ। ਹਾਂਜੀ ਅਜੇ ਤਾਂ 100 ਦਾ ਹੀ ਪਾਉਣਾ ਵਾ, ਫਿਰ ਲੰਘ ਜੂਗਾ। ਅੱਜ ਕਹਿੰਦੇ ਹੜਤਾਲ ਚੱਲ ਰਹੀ ਇਸ ਕਰਕੇ ਬਹੁਤ ਜ਼ਿਆਦਾ ਤੁਹਾਡਾ ਤੇਲ ਵਿਕ ਰਿਹਾ, ਇਸ ਕਰਕੇ ਰਸ਼ ਬਹੁਤ ਜ਼ਿਆਦਾ ਹੈ, ਅਤੇ ਕਾਫੀ ਦੁਨੀਆ ਆ ਰਹੀ ਹੈ, ਕਾਫੀ ਜਿਹੜੇ 50 ਦਾ ਭਾਂਡੇ ਉਹ ਸਾਰੇ 500 ਦਾ ਪਾ ਰਹੇ ਨੇ। ਹਾਂ ਭਾਂਡੇ ਬਾਲਟੀਆਂ ਲੋਕ ਲੈ ਲੈ ਆ ਰਹੇ ਨੇ, ਜਿਹੜੇ ਲੋਕ 50 ਦਾ ਭਾਂਡੇ 500 ਦਾ ਤੇਲ ਪਾ ਰਹੇ ਨੇ। ਇੱਦਾਂ ਕਿਉਂ ਕਰ ਰਹੇ ਆ, ਚਲੋ ਕਹਿੰਦੇ ਕੀ ਬੋਲਾਂ ਮੈਂ ਪਵਨ, ਕੁਝ ਨਹੀਂ ਡੀਜ਼ਲ ਲੈਣਾ ਸਰ ਭਾਅ ਜੀ, ਕਹਿੰਦੇ ਬੰਦ ਹੋ ਆਉਂਦੇ ਆ, ਚਾਹੀਦਾ ਕੈਨ ਜਿੰਨਾ ਭਰ ਜੇ।